ਪੰਜਾਬੀ ਆਰਟਿਸਟ ਦੇ ਜਿੱਥੇ ਗਾਣੇ ਲੋਕਾਂ ਦੇ ਦਿਲਾਂ ਦੇ ਛਾਪ ਛੱਡਦੇ ਨੇ, ਉੱਥੇ ਪੰਜਾਬੀ ਆਰਟਿਸਟ ਦੇ ਕੁਝ ਸਪੈਸ਼ਲ ਟੈਗਲਾਈਨਸ ਹੁੰਦੀਆਂ ਨੇ ਜਿਨ੍ਹਾਂ ਨੂੰ ਲੋਕ ਦੁਹਰਾਉਂਦੇ ਨੇ ਤੇ ਉਹਨਾਂ ਨੂੰ ਯਾਦ ਕਰਦੇ ਨੇ। ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਸਾਡੇ ਕੁਝ ਪੰਜਾਬੀ ਇੰਡਸਟਰੀ ਦੇ ਆਰਟਿਸਟ ਜਿਨ੍ਹਾਂ ਦੀ ਇੱਕ ਟੈਗਲਾਈਨ ਹੈ ਤੇ ਨਾਲ ਦੇ ਨਾਲ ਉਹਨਾਂ ਦੀ ਟੈਗਲਾਈਨ ਹਰ ਗਾਣੇ ਦੇ ਵਿੱਚ ਇਨਵੋਲਵ ਹੁੰਦੀ ਹੈ ਤੇ ਉੱਥੇ ਉਹਨਾਂ ਦੀ ਇਹ ਟੈਗਲਾਈਨ ਉਹਨਾਂ ਦੀ ਪਹਿਚਾਣ ਬਣ ਚੁੱਕੀ ਹੈ। ਸੋ ਸ਼ੁਰੂਆਤ ਕਰਦੇ ਇਸ ਲਿਸਟ ਦੇ ਨਾਲ ਤੇ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਦੀ ਗ੍ਰੇਟ ਮਿਊਜ਼ਿਕ ਕੰਪੋਜ਼ਰ ਦੀਪ ਜੰਡੂ ਦੇ ਬਾਰੇ। ਦੀਪ ਜੰਡੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਈ ਹਿੱਟ ਸੌਂਗਸ ਦਿੱਤੇ ਜਿਸ ਦੇ ਵਿੱਚ ਹੈ ਰੈੱਡ ਲਾਈਟ, ਗੁੱਡ ਲਾਈਫ, ਹੱਦ, ਅਪ ਐਂਡ ਡਾਊਨ ਤੇ ਇਸ ਦੇ ਨਾਲ ਹੀ ਦੀਪ ਜੰਡੂ ਜਾਣੇ ਜਾਂਦੇ ਨੇ ਆਪਣੀ ਕੋਲਾਬੋਰੇਸ਼ਨ ਦੇ ਲਈ ਕਰਨ ਔਜਲਾ ਦੇ ਨਾਲ। ਪਰ ਇਸ ਦੇ ਨਾਲ ਹੀ ਲੋਕ ਇਹ ਵੀ ਜਾਣਦੇ ਨੇ ਕਿ ਦੀਪ ਜੰਡੂ ਦੀ ਇੱਕ ਟੈਗਲਾਈਨ ਹੈ ਜੋ ਹਰ ਗਾਣੇ ਦੇ ਵਿੱਚ ਹੁੰਦੀ ਹੀ ਹੁੰਦੀ ਹੈ ਤੇ ਉਹ ਟੈਗਲਾਈਨ ਹੈ ਆ ਗਿਆ ਨੇ ਬਿੱਲੋ ਉਹੀ ਟਾਈਮ। ਇਸ ਟੈਗਲਾਈਨ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਉੱਥੇ ਲੋਕਾਂ ਦੀ ਜ਼ੁਬਾਨ ਤੇ ਵੀ ਇਹ ਲਾਈਨ ਚੜੀ ਹੋਈ ਹੈ ਜਿੱਥੇ ਮੁੰਡੇ ਕੁੜੀਆਂ ਨੂੰ ਕਹਿ ਦਿੰਦੇ ਨੇ ਕਿ ਆ ਗਿਆ ਨੀ ਉਹੀ ਬਿੱਲੋ ਟਾਈਮ। ਹੁਣ ਅਸੀਂ ਗੱਲ ਕਰਦੇ ਸਿੰਘਾਂ ਦੇ ਬਾਰੇ ਜੋ ਬਹੁਤ ਹੀ ਵਧੀਆ ਲਿਖਦੇ ਨੇ ਤੇ ਬਹੁਤ ਹੀ ਵਧੀਆ ਗਾਉਂਦੇ ਨੇ ਤੇ ਇਹਦਾ ਸਭ ਅਸੀਂ ਦੇਖਿਆ ਉਹਨਾਂ ਦੇ ਗਾਣਿਆਂ ਦੇ ਵਿੱਚ ਜਿਵੇਂ ਕਿ ਵਾਰਦਾਤ, ਸ਼ੈ, ਜੱਟ ਦੀ ਕਲਿੱਪ 2 ਤੇ ਹੌਬੀਜ਼। ਉਹਨਾਂ ਦੇ ਸੌਂਗ ਸੁਪਰ ਹਿੱਟ ਤਾਂ ਰਹਿੰਦੇ ਹੀ ਨੇ। ਸਿੰਘਾਂ ਦੇ ਗਾਣਿਆਂ ਦੇ ਵਿੱਚ ਵੀ ਉਹਨਾਂ ਦੀ ਇੱਕ ਟੈਗਲਾਈਨ ਹਰ ਵਾਰ ਸੁਣਨ ਨੂੰ ਮਿਲਦੀ ਹੈ ਤੇ ਉਹ ਟੈਗਲਾਈਨ ਹੈ ਸਿੰਘਾ ਬੋਲਦਾ ਵੀਰੇ। ਸਿੰਘਾਂ ਦੇ ਗਾਣੇ ਤਾਂ ਬੋਲਦੇ ਹੀ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੀ ਟੈਗਲਾਈਨ ਵੀ ਬੋਲਦੀ ਹੈ, ਸੋ ਹਾਈ ਬੀ ਟਾਊਨ ਸੇਮ ਬੀਫ। ਇੱਕ ਵਾਰੀ ਹੋਰ ਇਹ ਟੈਗਲਾਈਨ ਤਾਂ ਤੁਸੀਂ ਸੁਣੀ ਹੋਣੀ ਇਹਨਾਂ ਸਾਰਿਆਂ ਗਾਣਿਆਂ ਦੇ ਵਿੱਚ ਤੇ ਇਹ ਟੈਗਲਾਈਨ ਹੈ ਬਿਗ ਬਰਡ ਪ੍ਰੋ ਦੀ ਜੋ ਬਹੁਤ ਹੀ ਵਧੀਆ ਮਿਊਜ਼ਿਕ ਕੰਪੋਜ਼ਰ ਨੇ ਤੇ ਉਹ ਕਾਫੀ ਜ਼ਿਆਦਾ ਮਿਊਜ਼ਿਕ ਕੰਪੋਜ਼ ਕਰਦੇ ਨੇ ਐਂਡ ਮੋਸਟ ਆਫ ਦਾ ਸੌਂਗਸ ਉਹ ਕੰਪੋਜ਼ ਕਰਦੇ ਨੇ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦੇ ਨਾਲ ਤੇ ਇਹਨਾਂ ਦੀ ਕੋਲਾਬੋਰੇਸ਼ਨ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਉੱਥੇ ਬਿਗ ਬਰਡ ਪ੍ਰੋ ਦੀ ਵੀ ਲਾਈਨ ਕਾਫੀ ਜ਼ਿਆਦਾ ਲੋਕਾਂ ਦੀ ਜ਼ੁਬਾਨ ਤੇ ਚੜੀ ਹੋਈ ਹੈ। ਪੰਜਾਬੀਆਂ ਦੀ ਸ਼ਾਨ ਨੂੰ ਪ੍ਰਦਰਸ਼ਿਤ ਕਰਦਾ ਗਾਣਾ ਆਇਆ ਸੀ ਸਰਦਾਰਨੀ ਤੇ ਉੱਥੇ ਲੋਕਾਂ ਨੇ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਜਿਸਨੂੰ ਪੇਸ਼ ਕੀਤਾ ਸੀ ਤਰਸੇਮ ਜੱਸਰ ਨੇ ਤੇ ਤਰਸੇਮ ਜੱਸਰ ਕਈ ਪੰਜਾਬੀ ਸੌਂਗਸ ਲੈ ਕੇ ਆਏ ਜਿਵੇਂ ਕਿ ਸਰਦਾਰਨੀ, ਗੱਲ ਵਕੜੀ ਤੇ ਅਸੂਲ ਤੇ ਇਹਨਾਂ ਗਾਣਿਆਂ ਦੇ ਵਿੱਚ ਵੀ ਉਹਨਾਂ ਦੀ ਇੱਕ ਟੈਗਲਾਈਨ ਸੁਣਨ ਨੂੰ ਮਿਲੀ ਸੀ ਜੋ ਸੀ ਜੱਸਰਾਂ ਦਾ ਕਾਕਾ ਤੇ ਇਸ ਗਾਣੇ ਦੇ ਨਾਲ ਉਹਨਾਂ ਨੇ ਆਪਣੀ ਪਹਿਚਾਣ ਵੀ ਬਣਾਈ ਤੇ ਉੱਥੇ ਉਹਨਾਂ ਦੀ ਪਹਿਚਾਣ ਬਣ ਗਈ ਇਸ ਟੈਗਲਾਈਨ ਦੇ ਨਾਲ। ਟੈਗਲਾਈਨ ਦੀ ਲਿਸਟ ਦੇ ਵਿੱਚ ਮੈਂ ਗੱਲ ਕੀਤੀ ਸੀ ਬਿਗ ਬਰਡ ਪ੍ਰੋ ਦੀ ਤੇ ਬਿਗ ਬਰਡ ਪ੍ਰੋ ਦੀ ਮੈਂ ਤੁਹਾਨੂੰ ਦੱਸਿਆ ਸੀ ਉਹ ਕੋਲਾਬੋਰੇਟ ਕਰਦੇ ਨੇ ਮੋਸਟ ਆਫ ਦਾ ਟਾਈਮ ਸਿੱਧੂ ਮੂਸੇਵਾਲਾ ਦੇ ਨਾਲ ਤੇ ਜਿੱਥੇ ਬਿਗ ਬਰਡ ਪ੍ਰੋ ਹੋਣ ਉੱਥੇ ਸਿੱਧੂ ਮੂਸੇਵਾਲਾ ਦੇ ਜ਼ਿਕਰ ਜ਼ਰੂਰ ਆਉਂਦਾ ਹੈ, ਬਲਕਿ ਸਿੱਧੂ ਮੂਸੇਵਾਲਾ ਦਾ ਜ਼ਿਕਰ ਹਰ ਗਾਣੇ ਦੇ ਵਿੱਚ ਤੇ ਹਰ ਗੱਲ ਦੇ ਵਿੱਚ ਆਉਂਦਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਦਿਲਦਾਰੀ ਵਾਲਾ। ਜੀ ਹੁਣ ਗੱਲ ਕਰਦੇ ਸਿੱਧੂ ਮੂਸੇਵਾਲਾ ਦੀ ਜਿਨ੍ਹਾਂ ਦੀ ਸੁਪਰ ਹਿੱਟ ਟੈਗਲਾਈਨ ਹੈ ਦਿਲਦਾਨੀ ਵਾਲਾ ਤੇਰਾ ਸਿੱਧੂ ਮੂਸੇਵਾਲਾ ਤੇ ਇਹ ਟੈਗਲਾਈਨ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਉੱਥੇ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਇਹ ਟੈਗਲਾਈਨ ਇੱਕ ਗਾਣੇ ਤੋਂ ਵੱਧ ਹੀ ਹੈ। ਉਹਨਾਂ ਦੀ ਇਸ ਟੈਗਲਾਈਨ ਅਸੀਂ ਸੁਣੀ ਉਹਨਾਂ ਦੇ ਗਾਣੇ ਜਿਵੇਂ ਕਿ ਬੀ ਟਾਊਨ, ਸੋ ਹਾਈ, ਸੇਮ ਬੀਫ ਤੇ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਉਹਨਾਂ ਦਾ ਹਾਲੀਵੁੱਡ ਸੌਂਗ 47। ਉਹਨਾਂ ਦੇ ਇਸ ਟੈਗਲਾਈਨ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਉੱਥੇ ਉਹਨਾਂ ਦੇ ਫੈਨਸ ਇਸ ਟੈਗਲਾਈਨ ਨੂੰ ਯੂਜ਼ ਕਰਦੇ ਨੇ ਆਪਣਾ ਪਿਆਰ ਜਤਾਉਣ ਦੇ ਲਈ ਸਿੱਧੂ ਮੂਸੇਵਾਲਾ ਦੇ ਲਈ। ਲਾਸਟ ਬਟ ਨਾਟ ਦ ਲੀਸਟ ਇਸ ਲਿਸਟ ਨੂੰ ਕੰਪਲੀਟ ਕਰ ਰਹੇ ਨੇ ਦੀ ਬੈਡ ਬੋਏ ਬਾਦਸ਼ਾਹ। ਬਾਦਸ਼ਾਹ ਨੇ ਕਈ ਸੌਂਗਸ ਰਿਲੀਜ਼ ਕੀਤੇ ਨੇ, ਚਾਹੇ ਹੋਵੇ ਉਹ ਪੰਜਾਬੀ ਗੀਤ ਜਾਂ ਹੋਵੇ ਹਿੰਦੀ ਗੀਤ, ਲੋਕ ਹਰ ਗਾਣੇ ਨੂੰ ਪਸੰਦ ਕਰਦੇ ਨੇ ਤੇ ਉੱਥੇ ਉਹਨਾਂ ਦੀ ਟੈਗਲਾਈਨ ਸਾਨੂੰ ਹਰ ਸੌਂਗ ਦੇ ਵਿੱਚ ਸੁਣਨ ਨੂੰ ਜ਼ਰੂਰ ਮਿਲਦੀ ਹੈ, ਯਾਨੀ ਕਿ ਇਸ਼ਕ ਬੋਏ ਬਾਦਸ਼ਾਹ। ਬਾਦਸ਼ਾਹ ਬੈਡ ਬੋਏ ਬਾਦਸ਼ਾਹ ਨੇ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦੇ ਤੇ ਉੱਥੇ ਗਲੋਬਲੀ ਰੀਪ੍ਰੈਜੈਂਟ ਕਰਦੇ ਨੇ ਸਾਨੂੰ ਸਾਰਿਆਂ ਨੂੰ ਤੇ ਉਹਨਾਂ ਨੇ ਪ੍ਰਾਊਡਲੀ ਫੀਲ ਕਰਵਾਇਆ ਸੀ ਸਾਰਿਆਂ ਨੂੰ ਆਪਣੇ ਲਾਸਟ ਰਿਲੀਜ਼ ਟਰੈਕ ਪਾਗਲ ਦੇ ਨਾਲ। ਸੋ ਜੀ ਇਹ ਸਾਰੀ ਗੱਲਾਂ ਕੀਤੀਆਂ ਅਸੀਂ ਇਹਨਾਂ ਸਾਰੇ ਆਰਟਿਸਟ ਦੇ ਬਾਰੇ ਤੇ ਉਹਨਾਂ ਦੀ ਟੈਗਲਾਈਨਸ ਦੇ ਬਾਰੇ ਜੋ ਕਿ ਕਾਫੀ ਜ਼ਿਆਦਾ ਫੇਮਸ ਨੇ ਉਹਨਾਂ ਦੇ ਸੌਂਗਸ ਦੇ ਵਾਂਗ। ਪਰ ਹੁਣ ਤੁਸੀਂ ਸਾਨੂੰ ਦੱਸਣਾ ਕਿ ਤੁਹਾਨੂੰ ਕਿਹੜੇ ਆਰਟਿਸਟ ਦੀ ਟੈਗਲਾਈਨ ਬਹੁਤ ਜ਼ਿਆਦਾ ਪਸੰਦ ਹੈ ਤੇ ਕਿਹੜੇ ਆਰਟਿਸਟ ਦੇ ਟੈਗਲਾਈਨ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ। ਸੋ ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਤੇ ਬਾਲੀਵੁੱਡ ਰਿਲੇਟਡ ਅਪਡੇਟ ਲਈ ਸਾਡੇ ਗਬਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।